ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਭਰਾ ਕਾਇਮ ਹੋ ਜਾਓ, ਸੇਵਾ ਬਹੁਤ ਜ਼ਿਆਦਾ ਪਈ ਜੇ ਮਹਾਰਾਜ ਦੀ ਕਿਰਪਾ ਨਾਲ, ਅਤੇ ਸਾਰੇ ਜਣੇ ਤੇਲ ਤੂਲ ਮਾਰ ਲਓ, ਲੱਤਾਂ ਨੂੰ ਜ਼ਰਾ ਜ਼ੋਰ ਹੋਣਾ ਜੇ ਕੱਲ੍ਹ। ਜਲ ਸਕੋਗੇ ਜ਼ਿਆਦਾ ਪਿਆਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਆ ਸਾਰਿਆਂ ਨੂੰ ਪਤਾ ਹੈ ਹਰ ਐਤਵਾਰ ਦੀ ਹੈ ਤਰ੍ਹਾਂ ਹਫ਼ਤਾਵਾਰੀ ਜੋ ਕਿ ਚਪਹਿਰਾ ਸਾਹਿਬ ਕੱਟਿਆ ਜਾਂਦਾ ਹੈ, ਚੱਲ ਰਿਹਾ ਹੈ। ਮਹਾਰਾਜ ਦੀ ਬੜੀ ਕਿਰਪਾ ਸੀ ਦਸਿੰਘਾਂ ਦੀ, ਜਿੱਥੇ ਵੀ ਜਾਈਏ ਅਸੀਂ ਦਸਿੰਘਾਂ ਦੀ, ਘਰ ਵਿੱਚ ਵੇਖੀਏ, ਬਾਹਰ ਵੇਖੀਏ, ਹੈ ਨਾ ਜੀ, ਸੁਖਣੀ ਸਾਹਿਬ, ਜਪਜੀ ਸਾਹਿਬ, ਨਿਤਨੇਮ, ਚਪਈ ਸਾਹਿਬ, ਮਹਾਰਾਜ ਦੀ ਇੰਨੀ ਕਿਰਪਾ ਹੈ, ਹਰ ਘਰ ਘਰ ਦੇ ਵਿੱਚ ਚੱਲ ਰਿਹਾ ਹੈ ਸ਼ਹੀਦਾਂ ਸਿੰਘਾਂ ਦੀ, ਕਿਉਂਕਿ ਸ਼ਹੀਦ ਸਿੰਘ ਅੰਗ ਸੰਗ ਹੁੰਦੇ ਆ, ਸ਼ਹੀਦ ਸਿੰਘ ਦੂਰ ਨਹੀਂ ਹੁੰਦੇ, ਸ਼ਹੀਦ ਸਿੰਘ ਸਾਡੇ ਕੋਲ ਆ। ਮਹਾਰਾਜ ਦੀ ਕਿਰਪਾ, ਆ ਵੇਖੋ ਤੁਹਾਡੇ ਸਾਹਮਣੇ ਇੱਕ ਵੀਰ ਆਪਣਾ ਜੱਸਾ ਸਿੰਘ, ਜੋ ਕਿ ਗਟਰ ਦੇ ਵਿੱਚ ਸੇਵਾ ਕਰ ਰਿਹਾ ਹੈ। ਜੇ ਅੱਜ ਕੱਲ੍ਹ ਮੁੰਡਾ ਕਿਸੇ ਨੂੰ ਆਪਾਂ ਨੌਜਵਾਨ ਨੂੰ ਗਟਰ 'ਚ ਵਾੜੀਏ, ਪੈਸਾ ਦੇ ਕੇ ਵਾੜੀਏ, ਤਾਂ ਵੀ ਨਾ ਵੜੂਗਾ। ਇਹ ਕਿਰਪਾ ਕਹਿੰਦਾ ਨੀ ਸ਼ਹੀਦਾਂ ਦੀ, ਸ਼ਹੀਦ ਜਿਹੜੇ ਅੰਗ ਸੰਗ ਆ, ਸ਼ਹੀਦ ਦੂਰ ਨਹੀਂ ਹੁੰਦੇ। ਅਰਦਾਸਾ ਬੇਨਤੀ ਕਰਾਂਗੇ ਨਾ ਆਪਾਂ, ਅਰਦਾਸਾ ਬੇਨਤੀ ਵਿੱਚ ਸ਼ਹੀਦ ਸਿੰਘ ਨਾਲ ਹੁੰਦੇ ਆ। ਬਾਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਦਾਸ ਭਾਈ ਜਸਪ੍ਰੀਤ ਸਿੰਘ ਜੱਸਾ ਨਾਂ ਤੋਂ ਜਾਣਿਆ ਜਾਂਦਾ ਜੀ। ਭਾਈ ਅਕਸਰ ਅਸੀਂ ਤੁਹਾਡੀ ਵੀਡੀਓ ਵੇਖਦੇ ਹਾਂ, ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰੇ ਸੀਵਰੇਜ ਦੀ ਤੱਕ ਸਫਾਈ ਕਰਦੇ ਹੈਗੇ ਹੋ, ਭਾਈ ਮਤਲਬ ਕਿੱਥੋਂ ਆਉਂਦੀ ਹੈ ਤੇ ਕਦੋਂ ਤੁਸੀਂ ਸਫਾਈ ਕਰਦੇ, ਕਿਸ ਤਰ੍ਹਾਂ ਦਿਮਾਗ 'ਚ ਗਏ ਸੇਵਾ ਦੀ ਨਿਭਾਣੀ? ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖੋ ਹਿੰਮਤ ਬਖਸ਼ੀ ਆ, ਜਦੋਂ ਦੀ ਮਦਰ ਦੀ ਡੈਥ ਹੋਈ ਆ, ਤੇ ਮਦਰ ਦਾ ਚਲੋ ਮੈਂ ਹਰ ਗੱਲ ਦੇ ਵਿੱਚ ਨਾਲ ਆ, ਚਲੋ ਮਾਵਾਂ ਨਾਲ ਪਿਆਰ ਹੁੰਦਾ ਆ ਸੋ, ਤੇ ਇਹ ਕਰਕੇ ਮਾਪਿਆਂ ਨੇ ਇਹੋ ਚੀਜ਼ ਸਿਖਾਈ ਆ, ਸੋ ਚੰਗੇ ਰਾਹ ਪੈਣਾ ਆ ਤੇ ਚੰਗੇ ਕੰਮ ਕਰਨੇ, ਸੋ ਇਹ ਕਰਕੇ ਆਪਾਂ ਗੁਰੂ ਮਹਾਰਾਜ ਦੇ ਨਾਲ ਜੁੜੇ ਹਾਂ ਤੇ ਜੁੜੇ ਵੀ ਰਵਾਂਗੇ, ਤੇ ਚੰਗੇ ਕੰਮ ਹੀ ਕਰਾਂਗੇ, ਮਹਾਰਾਜ ਦੀ ਕਿਰਪਾ ਨਾਲ ਸੇਵਾ ਕਰੀ ਜਾਵਾਂਗੇ, ਗਲਤ ਕਹਿਣ ਵਾਲਿਆਂ ਗਲਤ ਕਹੀ ਜਾਣਾ। ਭਾਈ ਜੀ, ਇਸ ਸੇਵਾ ਦੀ ਸ਼ੁਰੂਆਤ ਕਦੋਂ ਹੋਈ ਸੀ, ਕੀ ਸੋਚ ਕੇ ਜਿਹੜੀ ਸ਼ੁਰੂਆਤ ਕੀਤੀ ਸੇਵਾ ਦੀ? ਸ਼ੁਰੂਆਤ ਵੇਖੋ, ਮੇਰੇ ਪਿਤਾ ਜੀ ਸਾਡੇ ਨਾ ਵੇਖੋ ਇੱਕ ਹੁਸ਼ਿਆਰਪੁਰ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਦਾ ਡੇਰਾ ਆ, ਬਹੁਤ ਤਕੜਾ, ਸਾਡੇ ਪਿੰਡ ਤੋਂ ਸੰਗਤ ਵੀ ਜਾਂਦੀ, ਸੋ ਇਹ ਕਰਕੇ ਆਉਂਦੇ ਹੁੰਦੇ ਨਾ, ਜਿੱਦਾਂ ਮਾਪੇ ਸਿਖਾਉਣ ਤੋਂ ਉੱਦਾਂ ਹੀ ਹੁੰਦਾ, ਫਿਰ ਬੱਚੇ ਉੱਦਾਂ ਹੀ ਕਰਦੇ ਹੈਗਾ, ਸੋ ਇਹ ਕਰਕੇ ਮਾਪਿਆਂ ਨੇ ਇਸੇ ਰਾਹ 'ਤੇ ਗੁਰੂ ਮਹਾਰਾਜ ਦੇ ਤੋਰਿਆ ਆ, ਅਤੇ ਇਹ ਕਰਕੇ ਇਹ ਰਾਹ 'ਤੇ ਤੁਰੇ ਆ ਉਦੋਂ ਦੇ, ਅਤੇ ਜੋ ਫਿਰ ਹੋਸ਼ ਆਈ ਆ, ਫਿਰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਲੜ ਲੱਗ ਗਏ ਆ। ਵੇਖੋ ਜਿਹੜੀ ਗੈਸ ਆ, ਉਹ ਤੇ ਵੈਸੇ ਵੀ ਕਾਰਪੋਰੇਸ਼ਨ ਦੇ ਜਿੰਨੇ ਅਫਸਰ ਸਾਹਿਬਾਨ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਇਹਦੇ ਵਿੱਚ ਗੈਸ ਬਣੀ ਹੁੰਦੀ ਆ, ਸੋ ਉਹ ਚੜ੍ਹਦੀ ਵੀ ਆ ਸਿਰ ਨੂੰ, ਬਹੁਤ ਜ਼ਿਆਦਾ ਚੜ੍ਹਦੀ ਆ, ਸੋ ਇਹ ਕਰਕੇ ਵੇਖੋ ਮੈਂ ਸੇਫਟੀ ਦਾ ਪਾਣੀ ਕੋਈ ਨਹੀਂ ਹੁੰਦੀ, ਬਸ ਮਹਾਰਾਜ 'ਤੇ ਭਰੋਸਾ ਹੁੰਦਾ ਜੇ ਬਾਬਾ ਦੀਪ ਸਿੰਘ 'ਤੇ, ਹੋਰ ਬਾਕੀ ਕੁਛ ਨਹੀਂ ਇੱਦਾਂ ਦਾ ਮਾਨ 'ਚ ਹੈਗਾ ਵੀ ਕੋਈ ਗਲਵਸ ਪਾਉਣੇ ਜਾਂ ਕੋਈ ਮਾਸਕ ਪਾਉਣੇ। ਹਿੰਮਤ ਵੇਖੋ ਹੁਣ ਕਹਿ ਰਹੇ ਆ, ਬੜਾ ਕੁਝ ਕਹਿ ਦੇਣਾ ਵੀ ਇਹ ਮਹਾਰਾਜ ਹੀ ਆ ਸਰੀਰ, ਜਿੱਦਾਂ ਮੰਨ ਲਓ ਵੀ ਐਤਵਾਰ ਦੇ ਦਿਨ ਸੱਚੇ ਪਾਤਸ਼ਾਹ ਸ਼ਹੀਦ ਸਿੰਘ ਆਪ ਹਾਜ਼ਰ ਹੋ ਜਾਂਦੇ ਆ, ਸ਼ਹੀਦ ਸਿੰਘ ਆਪ ਹਾਜ਼ਰ ਹੋ ਜਾਂਦੇ ਆ, ਤੇ ਉਹ ਫਿਰ ਤਾਕਤਾਂ ਜਿੱਦਾਂ ਮੰਨ ਲਓ ਜੀ ਸ਼ਨੀਵਾਰ ਤੇ ਬੁਖਾਰ ਵੀ ਹੋਇਆ ਹੋਵੇ, ਕੋਈ ਵੀ ਗੱਲਬਾਤ ਹੋਈ ਹੋਵੇ, ਤੇ 12ਵੇਂ ਤੋਂ ਬਾਅਦ ਪਾਵਰਫੁਲ ਮਹਾਰਾਜ ਕਿਰਪਾ ਕਰ ਦਿੰਦੇ ਆ। ਲੋਕੀ ਕਮੈਂਟ ਬੜੇ ਕਰਦੇ ਕਿ ਬਾਬਾ ਆਪਣੇ ਕਦਮ ਨਹੀਂ ਕਰਦਾ, ਇਹ
ਵੇਖੋ ਕਮੈਂਟ ਜਿਹੜੀ ਬਿਮਾਰੀ ਦੀ ਗੱਲ ਕਰਦੇ ਬਾਈ, ਇਹ ਚੀਜ਼ ਆਪਾਂ ਵੀ ਪੜ੍ਹੀ ਆ। ਸੋ ਉਹ ਬਿਮਾਰੀ ਵੇਖੋ ਘਰ ਬੈਠੇ ਬੰਦੇ ਨੂੰ ਵੀ ਲੱਗ ਜਾਣੀ ਆ, ਇਹ ਤੁਹਾਨੂੰ ਆਪ ਸਾਰੀ ਸੰਗਤ ਨੂੰ ਵੀ ਪਤਾ ਆ, ਸਾਰੀ ਪਬਲਿਕ ਆਲ ਵਰਲਡ ਦੁਨੀਆ 'ਚ ਵੀ ਪਤਾ ਆ ਬਿਮਾਰੀ ਕੋਈ ਏਡੀ। ਹੁਣ ਮੰਨ ਲਓ 2026-27 ਦੇ ਵਿੱਚ ਮਹਾਰਾਜ ਨੇ ਐਸੀ ਕਿਰਪਾ ਕਰਨੀ, ਬਿਮਾਰੀ ਇਹੋ ਜਿਹੀ ਆਉਣੀ ਆ ਡਾਕਟਰਾਂ ਨੂੰ ਨਹੀਂ ਪਤਾ ਲੱਗਣਾ, ਤੇ ਰਹਿਣੇ ਉਹੀ ਆ ਜਿਹੜੇ ਮਹਾਰਾਜ ਦੇ ਲੜਨ ਲੱਗੇ ਆ, ਜਿਹੜੇ ਬਾਣੀ ਪੜ੍ਹਦੇ ਸੇਵਾ ਕਰਦੇ ਆ। ਸੋ ਇਹ ਕਰਕੇ ਬਿਮਾਰੀ ਇਹ ਚੀਜ਼ਾਂ ਨਾਲ ਬਿਮਾਰੀ ਨਹੀਂ ਲੱਗਦੀ, ਬਿਮਾਰੀ ਲੱਗਦੀ ਹੈ ਜਦੋਂ ਸਾਡਾ ਹਿਰਦਾ ਗੰਦਾ ਹੋਵੇ, ਜਦੋਂ ਸਾਡਾ ਮਨ ਸੱਚਾ ਹੈ ਨਾ, ਫਿਰ ਬਿਮਾਰੀ ਕੋਈ ਨਹੀਂ ਲੱਗਦੀ। ਆਪਣੇ ਨਾਲ ਹੈਗੇ ਆ ਜੀ 15-20 ਸਿੰਘ ਹੈਗੇ ਨੇ, ਬਾਕੀ ਬੜੇ ਸਿੰਘ ਆ ਚੜ੍ਹਦੀ ਕਲਾ, ਪਰ ਸੇਵਾ ਵਾਲੇ ਜਿਹੜੇ ਨਾਲ ਜੁੜੇ ਆ। ਨੌਜਵਾਨਾਂ ਨੂੰ ਸੱਦਾ ਇਹੋ ਕਿ ਮਹਾਰਾਜ ਕਿਰਪਾ ਕਰਨ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਲੜ ਲੱਗੋ ਤੇ ਦਾੜੀ ਕੇਸ ਰੱਖੋ, ਤੇ ਆਪੇ ਮਹਾਰਾਜ ਹਿੰਮਤ ਕਰਨਗੇ ਜੇ ਅੰਮ੍ਰਿਤ ਸੰਚਾਰ ਮਹਾਰਾਜ ਕਿਰਪਾ ਕਰਨ ਤੇ ਕਾਂ ਫਿਰ ਲਹਿਰ ਤੁਰ ਪਏ, ਤੇ ਆਪਾਂ ਸਾਰੇ ਭਰਾ ਰਲ ਕੇ ਸਾਥ ਹੱਲਾ ਮਾਰ ਕੇ ਤੇ ਜਿਹੜਾ ਨਸ਼ਾ ਮੁਕਤ ਕਰੀਏ, ਨਸ਼ਾ ਜਿਹੜਾ ਇਹ ਮੈਡੀਕਲ ਤੇ ਜਾ ਜਾ ਕੇ ਆਪਾਂ ਬੰਦ ਕਰਾ ਕੇ ਤੇ ਸਾਰੀਆਂ ਮਾਵਾਂ ਦੇ ਪੁੱਤ ਬਚਾਈਏ। ਗੈਸ ਬਹੁਤ ਹਰੀ ਚੜ੍ਹਦੀ ਹੈ ਜੀ, ਆਪਾਂ ਤੇ ਮਤਲਬ ਹਰ ਐਤਵਾਰ ਦੇ ਵਿੱਚ ਜਦੋਂ ਸੇਵਾ ਕਰੀਦੀ ਹੈ, ਗੈਸ ਹਮੇਸ਼ਾ ਹੀ ਸਿਰ ਨੂੰ ਡਿਪਰੈਸ਼ਰ ਜਾਂ ਮਤਲਬ ਬਣ ਜਾਂਦਾ ਹੈ, ਉੱਤੇ ਕੋਈ ਫਿਰ ਉਹ ਲੈਣੀ ਪੈਂਦੀ ਕੀ ਆਖ ਦਿੰਦੀ ਉਹਨੂੰ ਕੋਈ DSR ਕੋਈ, ਉਹਦੇ ਨਾਲ ਫਿਰ ਥੋੜ੍ਹਾ ਜਿਹਾ ਫਰਕ ਪੈਂਦਾ, ਮਤਲਬ ਪਤਾ ਨਹੀਂ ਲੱਗਦਾ, ਸੁੱਧ ਬੁੱਧ ਜੀ ਨਹੀਂ ਰਹੀਦੀ ਕੀ ਮਤਲਬ ਹੋ ਰਿਹਾ ਕੀ ਨਹੀਂ। ਫਿਰ ਅਗਲੇ ਦਿਨ ਮੰਗਲਵਾਰ ਵਾਲੇ ਦਿਨ ਨੈਕਸਟ ਫਿਰ ਥੋੜ੍ਹਾ ਜਿਹਾ ਸਹੀ ਹੁੰਦਾ। ਆਪਾਂ ਵੇਖੋ ਐਤਵਾਰ ਤੋਂ ਇਲਾਵਾ ਆਪਾਂ ਗੁਰੂ ਘਰ ਧੰਨ ਧੰਨ ਬਾਬਾ ਦੀਪ ਸਿੰਘ ਦੇ ਘਰ ਮਸਤਕ ਹੋਈਦਾ, ਹਰ ਰੋਜ਼ ਜਾ ਕੇ ਦਰਸ਼ਨ ਕਰਕੇ ਆਈਏ, ਆਈਦੇ ਆ। ਦਰਸ਼ਨ ਕਰਨ ਦੇ ਬਾਅਦ ਆਪਾਂ ਆਪਣੇ ਘਰੇ ਰਹੀਦਾ ਮਹਾਰਾਜ ਦੀ ਕਿਰਪਾ ਨਾਲ। ਸੋ ਆਪਣੇ ਪਿਤਾ ਜੀ ਨੇ ਆਉਣਾ ਹੁੰਦਾ ਜਦੋਂ ਸ਼ਾਮਾਂ ਨੂੰ ਆਪਾਂ ਪ੍ਰਸ਼ਾਦਾ ਤਿਆਰ ਕਰੀਦਾ, ਮਹਾਰਾਜ ਕਿਰਪਾ ਕਰਨ ਫਿਰ ਆਪਾਂ ਸ਼ਕਾਵ। ਵੇਖੋ ਆਪਾਂ ਚਲੋ ਹੁਣ ਕਹਿਣਾ ਨਹੀਂ ਚਾਹੁੰਦੇ, ਕਮੇਟੀ ਦੇ ਵਿੱਚ ਨੌਕਰੀ ਮੈਨੂੰ ਕਿਹਾ ਸੀਗਾ ਦੇਣ ਨੂੰ ਸ਼੍ਰੋਮਣੀ ਕਮੇਟੀ 'ਚ, ਹਾਂਜੀ। ਸੋ ਉਹਦੇ ਵਿੱਚ ਕਈ ਮਤਲਬ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕਹਿੰਦੇ ਧੀ ਪੁੱਤ ਨੂੰ ਨਹੀਂ ਕੋਈ ਚਾਹੁੰਦਾ ਵੀ ਅੱਗੇ ਵਧੇ, ਤੇ ਸੋ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਕਹੀ ਤੇ ਆਪਾਂ ਉਹ ਚੀਜ਼ 'ਚ ਨਹੀਂ, ਫਿਰ ਆਪਾਂ ਵੀ ਨਹੀਂ ਉਹਨਾਂ ਨੂੰ ਦੁਬਾਰੇ ਫੋਨ ਕੀਤਾ ਵੀ ਭਾਈ ਨਹੀਂ ਆਪਾਂ ਬਾਬੇ ਦੀਪ ਸਿੰਘ ਦੇ ਮੰਗਤੇ ਬਣ ਸਕਦੇ ਹਾਂ, ਤੁਹਾਡਾ ਤਰਲਾ ਨਹੀਂ ਮਾਰਨਾ, ਫਿਰ ਤਰਲਾ ਫਿਰ ਇਹੋ ਹੀ ਆ ਕਿ ਭਾਈ ਆਪਾਂ ਨਹੀਂ ਮੰਗਤੇ ਬਣ, ਆਪਾਂ ਬਾਬੇ ਦੀਪ ਸਿੰਘ ਦੇ ਮੰਗਤੇ ਜੋ ਸਾਡੀ ਝੋਲੀ 'ਚ ਪਾ ਦੇਣਗੇ ਫਿਰ ਉਹ ਲੈ ਲਵਾਂਗੇ, ਹੱਸ ਕੇ ਲਵਾਂਗੇ। ਸੇਵਾ ਜਿੰਨਾ ਚਿਰ ਮਹਾਰਾਜ ਨੇ ਸਵਾਸ ਬਖਸ਼ੇ ਉਹਨਾਂ ਚਿਰ ਜਾਰੀ ਹੈ।